June 1984, Operation Blue Star. Was the operation well planned and well executed? Did the army misjudge the situation? Find out in our special series, Operation Blue Star, The Untold Story. ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਲਈ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਉੱਤੇ ਗੈਰ ਕਾਨੂੰਨੀ ਕਬਜ਼ਿਆਂ ਅਤੇ ਉਹਨਾਂ ਨੂੰ ਹੜਪ ਲੈਣ ਦਾ ਮਸਲਾ ਬਹੁਤ ਲੰਬੇ ਸਮੇਂ ਤੋਂ ਸਾਡਾ ਧਿਆਨ ਖਿੱਚ ਰਿਹਾ ਅਤੇ ਇਹ ਕਾਫੀ ਅਹਿਮ ਵੀ ਹੈ। ਇਹਨਾਂ ਤਕਲੀਫ ਦੇ ਹਾਲਾਤ ਵਿੱਚ ਪੰਜਾਬ ਦੇ NRIs ਆਪਣੇ ਇਹਨਾਂ ਮਸਲਿਆਂ ਲਈ ਕਚਹਿਰੀਆਂ ਦੇ ਨਾ ਮੁੱਕਣ ਵਾਲੇ ਚੱਕਰਾਂ ਵਿੱਚ ਫਸੇ ਹੋਏ ਨੇ। ਪੰਜਾਬ ਵਿੱਚ ਆਪਣੇ ਮੁਕੱਦਮਿਆਂ ਦੀ ਪੈਰਵਾਈ ਲਈ ਕੋਈ ਕਾਨੂੰਨੀ ਸਹਾਇਤਾ ਨਾ ਮਿਲਣ ਕਾਰਨ ਇਹਨਾਂ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਬਣੀ ਹੋਈ ਹੈ। ਤਾਂ ਆਓ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਜਿਹੇ ਮਾਮਲਿਆਂ ਬਾਰੇ ਇੱਕ ਵਿਸ਼ੇਸ਼ ਮਾਹਰ ਕੋਲੋਂ ਕਿ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੀਆਂ ਗੈਰ ਕਾਨੂੰਨੀ ਢੰਗ ਨਾਲ ਦੱਬੀਆਂ ਗਈਆਂ ਜਾਇਦਾਦਾਂ ਦੇ ਮਸਲਿਆਂ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ। ਸਾਡੀ ਕੰਪਨੀ ਇੱਕ ਡੈਡੀਕੇਟਿਡ ਲੈਂਡ ਐਂਡ ਪ੍ਰੋਪਰਟੀ ਸਰਵਿਸਿਜ਼ ਫੋਰ NRIs ਨੂੰ ਹੀ ਡੀਲ ਕਰਦੀ ਹੈ ਔਰ ਜ਼ਮੀਨ ਜਾਇਦਾਦ ਦੇ ਰਿਲੇਟਿਡ ਕੋਈ ਵੀ ਮਸਲਾ ਅਸੀਂ ਹੈਂਡਲ ਕਰਦੇ ਹਾਂ। ਨਿਧੀ ਸਿੰਘ ਦੇ ਕਹੇ ਮੁਤਾਬਕ ਪੰਜਾਬ ਨਾਲ ਸੰਬੰਧਿਤ NRIs ਦੀਆਂ ਜ਼ਮੀਨਾਂ ਦੇ ਮਾਮਲੇ ਆਸਾਨੀ ਨਾਲ ਸੁਲਝਾਏ ਜਾ ਸਕਦੇ ਨੇ। ਪਰ ਕੀ ਤੁਸੀਂ ਕਦੇ ਸੋਚਿਆ ਕਿ ਜੇਕਰ ਤੁਹਾਡਾ ਵਿਰੋਧੀ ਤੁਹਾਡੇ ਆਪਣੇ ਘਰ ਵਿੱਚੋਂ ਹੀ ਕੋਈ ਸ਼ਰੀਕ ਹੋਵੇ ਤਾਂ ਕੀ ਹੋਏਗਾ? ਕੀ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਪਾਵਰ ਆਫ ਅਟਾਰਨੀ ਦੀ ਦੁਰਵਰਤੋਂ ਬਹੁਤ ਤੇਜ਼ੀ ਨਾਲ ਵਧਦੀ ਜਾ ਰਹੀ ਇੱਕ ਬੁਰਾਈ ਹੈ? ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਅਜਿਹੇ ਮਾਮਲਿਆਂ ਵਿੱਚ NRIs ਹੀ ਜ਼ਿਆਦਾਤਰ ਪੀੜਤ ਹੁੰਦੇ ਨੇ। ਹਾਂ, ਇਹ ਬਿਲਕੁਲ ਸੱਚ ਹੈ। ਚੇਤਾਵਨੀ ਸੁਣੋ ਅਤੇ ਬਚੋ। ਬਹੁਤ ਸਾਰੇ ਲੋਕਾਂ ਨੇ ਆਪਣੇ ਫਾਦਰ ਗ੍ਰੈਂਡਫਾਦਰ ਦੀਆਂ ਪ੍ਰੋਪਰਟੀਜ਼ ਹਾਲੇ ਟ੍ਰਾਂਸਫਰ ਹੀ ਨਹੀਂ ਕਰਾਈਆਂ। ਉਹ ਅਸੀਂ ਸਾਰੀਆਂ ਟ੍ਰਾਂਸਫਰ ਸਰਵਿਸਿਜ਼ ਦਿੰਦੇ ਹਾਂ। ਉਹਨਾਂ ਨੂੰ ਆਉਣਾ ਵੀ ਨਹੀਂ ਪਏਗਾ, ਅਸੀਂ ਉਹਨਾਂ ਦੀਆਂ ਪ੍ਰੋਪਰਟੀਜ਼ ਪ੍ਰੋਪਰਲੀ ਟ੍ਰਾਂਸਫਰ ਕਰਾ ਕੇ ਦਿੰਦੇ ਹਾਂ ਔਰ ਫਿਰ ਉੱਥੇ ਕਾਗਜ਼ ਭੇਜਦੇ ਹਾਂ ਸਾਰੇ ਡਾਕੂਮੈਂਟਸ। ਦੈਟਸ ਵਨ ਪਾਰਟ। ਸੈਕਿੰਡ ਇਜ਼ ਪ੍ਰੋਪਰਟੀਜ਼ ਇਨ ਯੋਰ ਨੇਮ GPA ਭੇਜ ਦਿੰਦੇ, ਜਨਰਲ ਪਾਵਰ ਆਫ ਅਟੋਰਨੀ ਦੇ ਦਿੰਦੇ। ਨੈਚੁਰਲੀ ਤੁਹਾਡੇ ਕੋਲ ਜਨਰਲ ਪਾਵਰ ਆਫ ਅਟੋਰਨੀ ਹੈ, ਤੁਸੀਂ ਵੇਚ ਵੀ ਸਕਦੇ ਹੋ। ਵੇਚ ਕੇ ਉਹਦੇ ਬਾਅਦ ਪੈਸੇ ਉੱਥੇ ਗਏ ਕਿ ਨਹੀਂ। ਕਬਜ਼ੇ ਉਹਨਾਂ ਪ੍ਰੋਪਰਟੀਜ਼ 'ਤੇ ਹੁੰਦੇ ਹੈ ਜਿਹੜੇ ਲੋਕ ਦੂਸਰਿਆਂ 'ਤੇ ਬਹੁਤ ਜ਼ਿਆਦਾ ਟਰੱਸਟ ਕਰਦੇ। ਅਗਰ ਤੁਹਾਨੂੰ ਇੰਡੀਆ 'ਚ ਕੋਈ ਆ ਰਿਹਾ ਹੈ, ਜ਼ਿਆਦਾ ਆਪਣੇ ਵੱਲ ਖਿੱਚ ਰਿਹਾ ਹੈ, ਜ਼ਿਆਦਾ ਦਿਖਾ ਰਿਹਾ ਹੈ ਆਪਣਾਪਨ, ਪਹਿਲਾਂ ਹੀ ਡਰ ਜਾਓ ਕਿ ਇਹਦਾ ਕੋਈ ਨਾ ਕੋਈ ਜ਼ਰੂਰ ਮੋਟਿਵ ਹੋਏਗਾ। ਅਗਰ ਤੁਸੀਂ ਕੇਅਰ ਟੇਕਿੰਗ ਵਾਸਤੇ ਵੀ ਦੇ ਰਹੇ ਹੋ, ਟੈਨੈਂਟ ਵੀ ਨਹੀਂ ਹੈ, ਉਹ ਕਿਰਾਏਦਾਰ ਨਹੀਂ ਹੈ, ਇੱਦਾਂ ਹੀ ਕੋਈ ਦੇਖਭਾਲ ਲਈ ਦੇ, ਉਹਦੇ ਲਈ ਵੀ ਅੰਡਰ ਲਾਅ ਵੀ ਹੈਵ ਅ ਲੀਵ ਲਾਇਸੈਂਸ ਐਗਰੀਮੈਂਟ, ਉਹ ਕਰਕੇ ਉਹਨੂੰ ਪ੍ਰੋਪਰਟੀ 'ਚ ਘੁਸਾਓ। ਸੈਕਿੰਡ, ਮੇਕ ਸ਼ੋਰ ਜੋ ਵੀ ਤੁਹਾਡੀ ਪ੍ਰੋਪਰਟੀ 'ਚ ਹੈ ਉਹ ਜ਼ਿਆਦਾ ਦੇਰ ਉੱਥੇ ਨਾ ਰਹੇ। ਬਾਰ ਬਾਰ ਅਗਰ ਟੈਨੈਂਟ ਹੈ ਤੁਹਾਡਾ, ਉਹਨੂੰ ਚੇਂਜ ਕਰਦੇ ਰਹੋ। 11 ਮਹੀਨੇ ਦੀ ਲੀਜ਼ ਤੋਂ ਜ਼ਿਆਦਾ ਕਦੀ ਲੀਜ਼ ਨਾ ਕਰੋ। ਤੁਸੀਂ ਵਿਦੇਸ਼ ਵਿੱਚ ਰਹਿੰਦੇ ਹੋ, ਤੁਸੀਂ ਨੌਕਰੀ ਕਰਦੇ ਹੋ ਅਤੇ ਇੱਕ ਪਰਿਵਾਰ ਦੀ ਦੇਖਭਾਲ ਕਰ ਰਹੇ ਹੋ। ਇਸ ਦੇ ਨਾਲ ਹੀ ਤੁਹਾਡੇ ਚੰਗੇ ਖਾਸੇ ਦੋਸਤ ਵੀ ਨੇ ਜਿਨ੍ਹਾਂ ਨਾਲ ਤੁਸੀਂ ਸਮਾਜਿਕ ਤੌਰ 'ਤੇ ਵਿਚਰਦੇ ਹੋ। ਅਜਿਹੇ ਵਿੱਚ ਤੁਹਾਡੇ ਲਈ ਬੇਰੋਕ ਟੋਕ ਭਾਰਤ ਆਉਣਾ ਅਤੇ ਦੇਸ਼ ਵਿੱਚ ਲੰਮਾ ਸਮਾਂ ਚੱਲਣ ਵਾਲੇ ਕਾਨੂੰਨੀ ਮਾਮਲਿਆਂ ਵਿੱਚ ਉਲਝਣਾ ਸੌਖਾ ਕੰਮ ਨਹੀਂ ਹੈ। ਨਿਧੀ ਸਿੰਘ ਕੋਲ ਤੁਹਾਡੇ ਸਾਰੇ ਮਾਮਲਿਆਂ ਅਤੇ ਚਿੰਤਾਵਾਂ ਦਾ ਹੱਲ ਹੈ। NRI ਲੀਗਲ ਸਰਵਿਸਿਜ਼ ਇਜ਼ ਅ ਕੰਪਲੀਟ ਸੋਲਿਊਸ਼ਨ ਪ੍ਰੋਵਾਈਡਰ। ਤੁਹਾਨੂੰ ਸਿਰਫ ਇੰਨਾ ਦੱਸਣਾ ਹੈ ਕਿ ਤੁਹਾਡੀ ਪ੍ਰੋਪਰਟੀ ਕਿੱਥੇ ਹੈ ਔਰ ਉਹਦੇ ਬਾਅਦ ਉਹਦੀ A to Z ਉਹਦਾ ਸੋਲਿਊਸ਼ਨ ਕੱਢ ਕੇ ਉਹਦੇ 'ਚ ਕੀ ਕਰਨਾ, ਕੀ ਸਟੇਜਿਸ ਇਨਵੋਲਵਡ ਹੈ, ਰਾਈਟ ਫਰੋਮ ਓਬਟੇਨਿੰਗ ਦ ਡਾਕੂਮੈਂਟਸ, ਪਟਵਾਰੀਆਂ ਦੇ ਕੋਲ ਜਾਣਾ, ਰੈਵਨਿਊ ਰਿਕਾਰਡ ਕਢਵਾਉਣਾ, ਉਹਦੇ 'ਤੇ ਰਿਪੋਰਟ ਬਣਵਾ ਕੇ ਦੇਖਣਾ, ਸਾਨੂੰ ਫਾਈਲ ਕੀ ਕਰਨਾ। ਸਾਡੇ ਕੋਲ ਐਸੇ ਲੋਕ ਆਏ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਪ੍ਰੋਪਰਟੀ ਹੈ ਕਿੱਥੇ, ਜਸਟ ਅ ਵੇਗ ਆਈਡੀਆ ਹੈ, ਔਰ ਅੱਜ ਉਹ ਉਸ ਪ੍ਰੋਪਰਟੀ ਦੇ ਨਾ ਪ੍ਰੋਪਰ ਓਨਰਸ, ਪੂਰਾ ਪੋਜੈਸ਼ਨ ਔਰ ਉਹ ਪ੍ਰੋਪਰਟੀ ਉਹਨਾਂ ਦੇ ਕਬਜ਼ੇ 'ਚ ਹੈ। NRIs ਨੂੰ ਇਸ ਗੱਲ ਦਾ ਵੱਡਾ ਨੁਕਸਾਨ ਹੁੰਦਾ ਹੈ ਕਿ ਉਹ ਆਪਣੇ ਮੁਲਕ ਤੋਂ ਬਹੁਤ ਜ਼ਿਆਦਾ ਦੂਰੀ 'ਤੇ ਰਹਿੰਦੇ ਨੇ ਅਤੇ ਭਾਰਤ ਵਿੱਚ ਸਿਵਲ ਮੁਕੱਦਮਿਆਂ ਵਿੱਚ ਫੈਸਲੇ ਆਉਂਦਿਆਂ 15 to 20 ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ। ਸਾਡੇ ਮੁਲਕ ਦੇ ਕਾਨੂੰਨੀ ਸਿਸਟਮ ਵਿੱਚ ਮੁਕੱਦਮਿਆਂ ਦੀ ਗਿਣਤੀ ਵੱਧ ਹੋਣ ਕਾਰਨ ਕਈ ਵਾਰ ਤਾਂ 15-20 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਅਗਰ ਲੀਗਲ ਰਾਈਟ ਹੈ ਔਰ ਤੁਸੀਂ ਕੋਰਟ 'ਚ ਜਾ ਰਹੇ ਹੋ, ਉਹਦੇ 'ਚ ਸਿਸਟਮ 'ਚ ਡਿਲੇ ਹੈ, ਵੈਲ ਦੈਟ ਡਿਲੇ ਇਜ਼ ਇਨ ਐਵਰੀਥਿੰਗ ਇਨ ਇੰਡੀਆ। ਔਰ ਅਸੀਂ 1 billion ਪਲੱਸ ਪੀਪਲ ਦੀ ਕੰਟਰੀ ਹੈ, ਸੋਰੀ ਸਾਡੇ ਸਿਸਟਮਸ ਇੱਥੇ ਹੈ ਸਲੋ। ਤੁਹਾਨੂੰ ਖੁਦ ਅਲਰਟ ਹੋਣਾ ਚਾਹੀਦਾ ਹੈ, ਤੁਹਾਨੂੰ ਖੁਦ ਨੌਲੇਜ ਹੋਣੀ ਚਾਹੀਦੀ ਹੈ। ਨੋਟ ਨੋਇੰਗ ਦ ਲਾਅ ਇਜ਼ ਨੋ ਐਕਸਕਿਊਜ਼। ਤੁਸੀਂ ਕਿਸੇ ਨੂੰ ਟਰੱਸਟ ਕਰ ਰਹੇ ਹੋ, ਉਸ ਬੰਦੇ ਨੇ ਤੁਹਾਨੂੰ ਠੱਗੀ ਮਾਰ ਲਈ, ਇਹਦੇ 'ਚ ਲਾਅ ਦੀ ਵੀਕਨੈਸ ਕਿੱਥੋਂ ਆ ਗਈ? ਮੈਂ ਆਮ ਦੇਖਿਆ ਹੈ ਕਿ ਲੋਕ ਇੰਡੀਆ ਨੂੰ ਬਹੁਤ ਬਲੇਮ ਕਰਦੇ ਆ।
ਮੈਨੂੰ ਦੱਸੋ ਕਿ ਤੁਹਾਡਾ ਅਗਰ ਕਜ਼ਨ ਜਾਂ ਤੁਹਾਡਾ ਆਪਣਾ ਬ੍ਰਦਰ ਜਾਂ ਤੁਹਾਡਾ ਆਪਣਾ ਭਰਾ ਜਾਂ ਕੋਈ ਹੋਰ ਰਿਸ਼ਤੇਦਾਰਾਂ ਨੇ ਤੁਹਾਡੇ ਨਾਲ ਕੋਈ ਠੱਗੀ ਮਾਰੀ ਹੈ, ਤੁਸੀਂ ਪੂਰੀ ਇੰਡੀਆ ਨੂੰ ਹੀ ਬਲੇਮ ਕਰਨ ਲੱਗ ਜਾਂਦੇ। ਇੱਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਨਿਧੀ ਸਿੰਘ ਅਤੇ ਉਹਨਾਂ ਦੀ ਟੀਮ NRIs ਨਾਲ ਸੰਬੰਧਿਤ ਅਜਿਹੇ ਮਾਮਲਿਆਂ ਨਾਲ ਨਿਪਟਦਿਆਂ ਉਹਨਾਂ ਦੀਆਂ ਜ਼ਮੀਨਾਂ ਅਤੇ ਹੱਕ ਹਕੂਕ ਨੂੰ ਬਚਾਉਣ ਲਈ ਹੁਣ ਪੂਰੀ ਤਰ੍ਹਾਂ ਤਜਰਬੇਕਾਰ ਹੋ ਚੁੱਕੀ ਹੈ। ਜਿੰਨੇ ਸਾਡੇ ਕੈਨੇਡਾ, US, UK 'ਚ ਆਫਿਸਿਸ ਨੇ, ਉਹ ਸਿਰਫ ਆਫਿਸਿਸ ਨਹੀਂ ਹੈ, ਉਹ ਇੱਕ ਟੈਲੀਲੀਗਲ ਸੈਂਟਰਸ ਹੈ। ਸਾਡੇ ਆਫਿਸ 'ਚ ਕੋਈ ਵੀ ਉੱਥੇ ਆਏ, ਟੋਰਾਂਟੋ, ਵੈਨਕੂਵਰ, ਲੰਡਨ, ਕੋਈ ਵੀ ਆਏ, ਉਹ ਡਾਇਰੈਕਟ ਵੀਡੀਓ ਕਾਨਫਰੰਸ ਦੇ ਨਾਲ ਸਾਡੇ ਨਾਲ ਸਾਰੀ ਕੇਸ ਦੀ ਡਿਸਕਸ਼ਨ, ਡਾਕੂਮੈਂਟਸ ਉਸੇ ਵਕਤ ਸਕੈਨ ਕਰਕੇ ਆ ਜਾਂਦੇ ਨੇ। ਅਸੀਂ ਉੱਥੇ ਹੀ ਉਹਨਾਂ ਨੂੰ ਐਡਵਾਈਸ ਦਿੰਦੇ ਹਾਂ, ਸਾਰਾ ਦੱਸਦੇ ਹਾਂ ਕੀ ਕਰਨਾ ਇਸ ਕੇਸ 'ਚ, ਔਰ ਉੱਥੇ ਹੀ ਉਹ ਸਾਨੂੰ ਹਾਇਰ ਕਰਦੇ ਨੇ। ਸਾਡਾ ਬਹੁਤ ਜ਼ਬਰਦਸਤ ਕੇਸ ਮੈਨੇਜਮੈਂਟ ਸਿਸਟਮ ਹੈ ਜੋ ਇੰਟਰਨੈਟ 'ਤੇ ਬਹੁਤ ਹੀ ਐਡਵਾਂਸ ਲੈਵਲ 'ਤੇ ਹੈ। ਇਨਫੈਕਟ ਸਾਡੇ ਇੱਥੇ ਆਫਿਸ 'ਚ ਤੁਸੀਂ ਦੇਖਿਆ ਹੈ ਕਿ 25 ਪੀਪਲ ਆਰ ਓਨਲੀ ਵਰਕਿੰਗ ਜੋ ਕਿ ਅਪਡੇਟਸ ਪ੍ਰੋਵਾਈਡ ਕਰਦੇ ਨੇ ਕਿ ਕਿਹੜੀ ਤਰੀਕ ਲੱਗੀ, ਉਸ ਤਰੀਕ 'ਤੇ ਕੀ ਹੋਇਆ, ਅਗਲੀ ਤਰੀਕ ਕਿਹੜੀ ਹੈ। ਇਸ ਲਈ ਹਾਲਾਤ ਇਸ ਹੱਦ ਤੱਕ ਭਿਆਨਕ ਹੋ ਚੁੱਕੇ ਨੇ ਕਿ ਕਈ ਲੋਕ ਆਪਣੀਆਂ ਜ਼ਮੀਨਾਂ ਨੂੰ ਸਦਾ ਲਈ ਵੇਚਣ ਦੀ ਯੋਜਨਾ ਬਣਾ ਰਹੇ ਨੇ। ਪਰ ਇੱਥੇ ਤੁਹਾਡੀ ਸਹਾਇਤਾ ਲਈ ਹੈ ਨਿਧੀ ਸਿੰਘ ਅਤੇ ਉਸ ਦੀ ਜ਼ਿੰਦਗੀ ਦਾ ਟੀਚਾ ਹੈ NRI ਲੀਗਲ ਸਰਵਿਸਿਜ਼। ਨਿਧੀ ਸਿੰਘ ਨੇ ਇਹ ਨਿਸ਼ਚੈ ਕਰ ਲਿਆ ਕਿ ਇਸ ਵੱਡੇ ਕਾਰਜ ਨੂੰ ਕਰਨ ਲਈ ਅਤੇ ਇਸ ਨੂੰ ਨੇਪਰੇ ਚਾੜਨ ਲਈ ਉਹ ਚੜ੍ਹਦੀ ਕਲਾ ਵਿੱਚ ਹੈ। ਸਹੀ ਕੀ ਹੈ, ਗਲਤ ਕੀ ਹੈ, ਇੱਕ ਜਦੋਂ ਤੁਸੀਂ ਮੇਰੇ ਕੋਲ ਇੱਕ ਪ੍ਰੋਬਲਮ ਲੈ ਕੇ ਆਉਂਦੇ ਹੋ, ਮੇਰਾ ਫਰਜ਼ ਹੈ ਤੁਹਾਨੂੰ ਹੈਲਪ ਕਰਨਾ। ਮੈਂ ਇਸੇ ਤਰ੍ਹਾਂ ਮੈਂ ਆਪਣੇ ਕਲਾਇੰਟ ਦੀ ਹੈਲਪ ਕਰਦੀ ਹਾਂ। ਕਈ ਵਾਰੀ ਲੋਕ ਕਹਿੰਦੇ ਲੋਇਰਸ ਕਦੀ ਸੱਚ ਨਹੀਂ ਬੋਲਦੇ ਜੀ, ਝੂਠੇ ਹੀ ਹੁੰਦੇ ਨੇ, ਵਕੀਲ ਹਮੇਸ਼ਾ ਝੂਠੇ। ਹਾਂ, ਵਕੀਲ ਹਮੇਸ਼ਾ ਝੂਠੇ ਹੁੰਦੇ ਨੇ, ਹਾਂ ਮੈਂ ਵੀ ਝੂਠੀ ਹਾਂ। ਅਗਰ ਮੈਨੂੰ ਆਪਣੇ ਕਲਾਇੰਟ ਨੂੰ ਬਚਾਉਣ ਲਈ ਝੂਠ ਬੋਲਣਾ ਪੈਂਦਾ ਤਾਂ ਮੈਂ ਉਹ ਝੂਠ ਇੱਕ ਵਾਰੀ ਨਹੀਂ 100 ਵਾਰੀ ਬੋਲਾਂਗੀ ਔਰ ਬੋਲਾਂਗੀ, ਕਿਉਂਕਿ ਮੇਰਾ ਫਰਜ਼ ਇਹੀ ਹੈ ਔਰ ਉਹ ਮੈਂ ਨਿਭਾ ਰਹੀ ਹਾਂ। ਹੁਣ ਆ ਗਈ ਦੂਸਰੀ ਗੱਲ, ਲੋਇਰਸ ਕੀ ਕਰਦੇ ਹੈ, ਗਲਤ ਕੀ ਹੈ। ਗਲਤ ਇਹ ਹੈ ਕਿ ਸਾਡੀ ਕੰਟਰੀ 'ਚ ਕਿਉਂਕਿ ਕੋਈ ਅਕਾਊਂਟੇਬਿਲਿਟੀ ਨਹੀਂ ਹੈ, ਵਕੀਲਾਂ ਨੂੰ ਛੱਡੋ, ਡਾਕਟਰਸ ਦੇਖ ਲਓ, IAS ਆਫਿਸਰਸ ਦੇਖ ਲਓ, ਜੱਜਸ ਦੇਖ ਲਓ, ਜੋ ਗਲਤ ਹੈ ਉਹ ਤਾਂ ਗਲਤ ਹੀ ਹੈ ਔਰ ਜੋ ਸਹੀ ਹੈ ਉਹ ਸਹੀ ਹੈ। ਜੱਜ ਦੀ ਜੋ ਰੋਲ ਹੈ, ਸਾਰੇ ਜੱਜਸ ਉਹ ਰੋਲ ਨਹੀਂ ਨਿਭਾ ਰਹੇ, ਵੀ ਆਲ ਨੋ ਦਿਸ ਇਜ਼ ਅ ਫੈਕਟ। ਡਾਕਟਰਸ ਜ਼ਿਆਦਾ ਰੋਲ ਹੈ, ਮੈਡੀਕਲ ਕੇਅਰ, ਮੈਡੀਕਲ ਹੈਲਥ ਇੰਡੀਆ 'ਚ ਕੀ ਹੈ, ਐਵਰੀਬਡੀ ਨੋਜ਼ ਅਬਾਊਟ ਇਟ। ਉਹ ਓਥ ਉਹਨਾਂ ਨੇ ਲਿੱਤੀ ਨਹੀਂ ਹੁੰਦੀ, ਪਰ ਉਹ ਓਥ ਦੇ ਹਿਸਾਬ ਨਾਲ ਨਹੀਂ ਚੱਲਦੇ, ਮੈਂ ਉਹਨੂੰ ਗਲਤ ਕਹਾਂਗੀ। ਨਿਧੀ ਸਿੰਘ ਦੇ ਅਜਿਹੇ ਨਿਸ਼ਚੇ ਨੂੰ ਵੇਖ ਸਾਨੂੰ ਹੈਰਾਨੀ ਹੁੰਦੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਇਹ ਸਭ ਕਰਨ ਦੀ ਪ੍ਰੇਰਣਾ ਕਿੱਥੋਂ ਮਿਲੀ, ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਪਰਿਵਾਰਕ ਵਚਨਬੱਧਤਾ ਉਹਨਾਂ ਲਈ ਸਭ ਤੋਂ ਪਹਿਲਾਂ, ਪਰ ਉਹ ਖੁਸ਼ਕਿਸਮਤ ਹੈ ਕਿ ਜ਼ਿੰਦਗੀ ਦੇ ਹਰ ਮੋੜ 'ਤੇ ਉਹਨਾਂ ਨੂੰ ਪਰਿਵਾਰ ਕੋਲੋਂ ਮਦਦ ਮਿਲੀ ਅਤੇ ਇਸੇ ਕਾਰਨ ਉਹ ਆਪਣੀ ਜ਼ਿੰਦਗੀ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਨੇ, ਭਾਵ ਉਹਨਾਂ ਲੋਕਾਂ ਦੀ ਮਦਦ ਕਰਨੀ ਜਿਨ੍ਹਾਂ ਦੀ ਮਦਦ ਲਈ ਕੋਈ ਨਹੀਂ ਹੈ। ਫੈਮਿਲੀ ਇਕੱਠੇ ਹੋਣ ਦੇ ਕਾਰਨ ਬਹੁਤ ਹੀ ਐਂਕਰਡ ਔਰ ਬਹੁਤ ਹੀ ਸਪੋਰਟਿਵ ਰੋਲ ਸਭ ਨੇ ਪਲੇ ਕੀਤਾ ਕਿ ਮੈਂ ਇੰਨੀ ਲੰਬੀ ਅਰਸੇ ਤੋਂ ਮੈਂ ਕੰਮ ਕਰ ਸਕੀ, 3 ਬੱਚੇ ਨੇ ਮੇਰੇ। ਆਪਣੀ ਕਮਿਟਮੈਂਟ ਵਰਕ ਨੂੰ ਬਹੁਤ ਇੰਪੋਰਟੈਂਟ ਹੈ ਐਂਡ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਮੇਰਾ ਕੰਮ ਹੈ NRI ਲੀਗਲ ਸਰਵਿਸਿਸ ਜਿਹੜੇ ਕੰਪਨੀ ਅਸੀਂ ਰਨ ਕਰ ਰਹੇ ਹਾਂ, ਇਹ ਇੱਕ ਬਹੁਤ ਪਰਪਸਫੁੱਲ ਔਰ ਬਹੁਤ ਜ਼ਰੂਰੀ ਕੰਮ ਹੈ ਔਰ ਇਸ ਨੇ ਮੈਨੂੰ ਆਪਣੀ ਲਾਈਫ 'ਚ ਇੱਕ ਬਹੁਤ ਹਿਊਜ ਪਰਪਸ ਦਿੱਤਾ ਹੈ, ਟੂ ਹੈਲਪ ਪੀਪਲ ਹੂ ਹੈਵ ਨੋ ਹੈਲਪ। ਸੋ ਇਹ ਬੜਾ ਸੈਟਿਸਫਾਈਂਗ ਹੈ ਪ੍ਰੋਫੈਸ਼ਨ ਮੇਰੇ ਲਈ। ਹੁਣ ਸੁਣੋ ਕਿ ਨਿਧੀ ਸਿੰਘ ਕੀ ਕਹਿੰਦੇ ਨੇ, ਇਸ ਨਾਲ ਹੋਰ ਬਹੁਤ ਸਾਰੀਆਂ ਔਰਤਾਂ ਨੂੰ ਵੀ ਪ੍ਰੇਰਣਾ ਮਿਲ ਸਕਦੀ ਹੈ। ਮੈਂ ਹਮੇਸ਼ਾ ਜਸਟਿਸ ਨੂੰ ਬਹੁਤ ਬਿਲੀਵ ਕਰਦੀ ਸੀ। ਜਦੋਂ ਮੈਂ ਕਾਲਜ ਡੇਜ਼ 'ਚ ਵੀ ਹੁੰਦੀ ਸੀ ਤਾਂ ਮੈਂ ਸਭ ਤੋਂ ਜ਼ਿਆਦਾ ਸਟ੍ਰਾਈਕਸ 'ਚ ਪਾਰਟੀਸਪੇਟ ਕਰਦੀ ਸੀ, ਸਭ ਤੋਂ ਜ਼ਿਆਦਾ ਕਿਤੇ ਕੋਈ ਗਲਤ ਕੰਮ ਹੁੰਦਾ ਸੀ ਤਾਂ ਚੱਲ। ਹੁਣ ਵੀ ਅਗਰ ਸੜਕ 'ਤੇ ਐਕਸੀਡੈਂਟ ਹੁੰਦਾ ਮੇਰੇ ਤੋਂ ਨਿਕਲਿਆ ਹੀ ਨਹੀਂ ਜਾਂਦਾ, ਮੈਂ ਕਦੀ ਇਗਨੋਰ ਨਹੀਂ ਕਰ ਸਕਦੀ। ਸਮਾਂ ਇਹ ਸੈਂਸਿਟਿਵ ਨੇਚਰ ਮੇਰੀ ਸ਼ੁਰੂ ਤੋਂ ਰਹੀ ਹੈ। ਮੈਨੂੰ ਕਦੀ ਵੀ ਅੱਤਿਆਚਾਰ ਕਿਸੇ ਦੇ ਹੁੰਦੇ ਹੋਏ, ਮੈਂ ਅੰਦਰੋਂ ਬਹੁਤ ਜ਼ਿਆਦਾ ਇਫੈਕਟ ਹੁੰਦੀ ਸੀ ਜਦੋਂ ਮੈਂ ਛੋਟੀ ਸੀ, ਮੇਰੀ ਲੜਾਈ ਬੜੀ ਜਲਦੀ ਹੋ ਜਾਂਦੀ ਸੀ। ਮੈਨੂੰ ਲੱਗਦਾ ਸੀਗਾ ਕਿ ਮੈਂ ਕੁਛ ਦੁਨੀਆ ਵਿੱਚ ਕਰਨਾ ਚਾਹੁੰਦੀ ਹਾਂ। ਛੋਟੀ ਏਜ ਤੋਂ ਹੀ ਮੇਰੀ ਪਰਸਨੈਲਿਟੀ ਇਸ ਤਰ੍ਹਾਂ ਦੀ ਸੀਗੀ। ਇਨਫੈਕਟ ਜਿੱਥੇ ਵੀ ਕਿਤੇ ਕੋਈ ਕੰਟਰੋਵਰਸੀ ਹੋਣੀ ਹੁੰਦੀ ਸੀ ਜਾਂ ਕੋਈ ਪ੍ਰੋਬਲਮ ਸੀ, ਮੈਨੂੰ ਸਭ ਤੋਂ ਪਹਿਲਾਂ ਲੈ ਜਾਂਦੇ ਸੀ ਕਿ ਚੱਲ ਇਹ ਹੋ ਰਿਹਾ। ਸੋ ਮੈਂ ਇੱਕ ਕਹਿ ਲਓ ਕਿ ਸਿਸਟਮ ਨੂੰ ਕਦੀ ਵੀ ਜੋ ਗਲਤ ਹੁੰਦਾ ਸੀ ਉਹਨੂੰ ਕਦੀ ਐਕਸੈਪਟ ਨਹੀਂ ਕਰਦੀ ਸੀ। ਅੱਜ ਵੀ ਅਗਰ ਇੰਡੀਆ 'ਚ ਤੁਹਾਨੂੰ ਪਤਾ ਸੜਕਾਂ 'ਤੇ ਕਈ ਵਾਰੀ ਕੁਝ ਗਿਰਿਆ ਹੁੰਦਾ ਜਾਂ ਜਿਹਦੇ ਨਾਲ ਐਕਸੀਡੈਂਟ ਹੋਣ ਦੇ ਚਾਂਸਿਸ ਹੁੰਦੇ, ਮੈਂ ਸਭ ਤੋਂ ਪਹਿਲਾਂ ਕਾਲ ਕਰਦੀ ਹਾਂ, ਮੈਂ ਨਿਕਲ ਹੀ ਨਹੀਂ ਸਕਦੀ ਉੱਥੋਂ। ਸੋ ਇੱਕ ਨੇਚਰ ਹੈ, ਮੈਨੂੰ ਲੱਗਦਾ ਸੀਗਾ ਰੀਜ਼ਨ ਕਿ ਮੈਂ ਲੋਇਰ ਬਣਨਾ ਇਸ ਲਈ ਵੀ ਚਾਹੁੰਦੀ ਸੀ ਕਿ ਮੈਨੂੰ ਲੱਗਦਾ ਹੈ ਕਿ ਸੱਚਾਈ ਔਰ ਜਸਟਿਸ ਦਾ ਸਹੀ ਤਰੀਕੇ ਨਾਲ ਅਗਰ ਅਸੀਂ ਯੂਜ਼ ਕਰ ਸਕਦੇ ਹਾਂ ਤਾਂ ਇੱਕ ਲੀਗਲ
ਐਕਸਪਰਟ, ਇੱਕ ਲੀਗਲ ਪ੍ਰੋਫੈਸ਼ਨਲ ਹੀ ਕਰ ਸਕਦਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।